ਮਤਲਬ ਇੱਥੋਂ ਦੀ ਕਿ ਵੀ ਛੋਟੇ ਛੋਟੇ ਬੱਚੇ ਜਿਹੜੇ 12 ਸਾਲ ਦੇ ਬੱਚੇ ਉਹ ਵੀ ਇੱਥੇ ਚਿੱਟਾ ਲਾ ਰਹੇ ਆ। ਹਰ ਇੱਕ ਨਸ਼ਾ ਇਸ ਪਿੰਡ ਦੇ ਵਿੱਚ ਅਵੇਲੇਬਲ ਹੈ। ਲੱਗਦਾ ਵੀ 2 ਦੀ ਤਿਆਰੀ ਤਾਂ ਹੋਰ ਹੈ, ਮੇਰੇ ਖੁਦ ਦੀ ਤਿਆਰੀ ਹੈ, ਮੈਂ ਕਿਸੇ ਦੀ ਕੀ ਵਾਂ। ਮੈਨੂੰ ਮੇਰਾ ਮਨ ਆਪਦਾ ਡੋਲਦਾ ਵੀ ਮੈਨੂੰ ਐਂ ਨਹੀਂ ਪਤਾ ਵੀ ਮੇਰੇ ਮੁੰਡੇ ਦਾ ਕਦੋਂ ਸੁਨੇਹਾ ਆ ਜੇ। ਸਾਡੇ ਜਵਾਕ ਮਰਨ ਵਾਲੇ ਪਏ, ਖੁਦ ਮੇਰਾ ਮੁੰਡਾ ਮਰਨ ਵਾਲਾ ਪਿਆ, ਕੋਈ ਬੁੜੀ ਮਗਰ ਅੱਜ ਤਾਂ ਚਾਗਾ ਚੱਕ ਲਿਆ। ਇੱਦੂ ਪਹਿਲਾਂ 9 ਮੁੰਡੇ ਮਰ ਗਏ, ਕਿਸੇ ਨੇ ਚਾਗਾ ਨਹੀਂ ਚੱਕਿਆ। ਮੈਂ ਐਮਐਲਿਆਂ ਕੋਲ ਵੀ ਮਰ ਗਈ ਕਲਾ ਕਲਾ ਵੀ ਸਾਨੂੰ ਕੁਛ ਨਹੀਂ ਚਾਹੀਦਾ, ਨਾ ਸਾਨੂੰ ਕੋਈ ਸਰਕਾਰੀ ਕੁਛ ਵੀ ਨਹੀਂ ਚਾਹੀਦਾ, ਨਾ ਗਲੀ ਦੀ ਇੱਟ, ਨਾ ਕੋਈ ਵੀ, ਸਾਨੂੰ ਚਿੱਟੇ ਦਾ ਹੀ ਹੱਲ ਚਾਹੀਦਾ, ਚਿੱਟਾ ਬੰਦ ਕਰ ਦਿਓ। ਜਵਾਬ ਤੇ ਸਵਾਲ ਤੁਹਾਨੂੰ ਹੀ ਕਰਨੇ ਆ। ਮੈਂ ਨਾ ਇਸ ਟਾਈਮ ਮੇਰੇ ਕੋਲ ਡੀਐਸਪੀ ਖੜਾ ਤੇ ਨਾ ਐਸਐਚਓ ਖੜਾ ਤੁਹਾਡਾ, ਮੈਂ ਕਰਦੀ ਹਾਂ ਤੁਹਾਡੇ ਸਵਾਲ। ਤੁਸੀਂ ਕਹਿ ਰਹੇ ਹੁਣ ਪੁਆਇੰਟ ਆ ਗਿਆ ਵੀ ਬੰਦਾ ਭੱਜ ਗਿਆ, ਅਸੀਂ ਕਹਿ ਰਹੇ ਤੁਹਾਨੂੰ ਬੰਦਾ ਅਸੀਂ ਦੇ ਗਏ ਤੇ ਬੰਦਾ ਤੁਹਾਡੇ ਅਸੀਂ ਤੋਰ ਤੁਹਾਡੇ ਨਾਲ ਤੋਰ ਗਏ, ਕਿੱਥੋਂ ਤੁਸੀਂ ਤੋਰ ਤਾਰ ਕੇ ਜਾਓਗੇ? ਮੁਲਾਜ਼ਮ ਪੈਸੇ ਲੈਂਦਾ ਗਾ, ਬੰਨ ਲਓ ਤੇ ਕਿਵੇਂ ਫੜ ਕੇ ਕਹਿ ਜਾਂਦੇ ਉਹ ਵੀ ਦਿਨ ਦੂਰ ਨਹੀਂ ਅੱਜ ਹਾਂ ਕੱਲ ਜਾ ਅੱਜ ਨਹੀਂ ਹੁਣ ਮੈਂ ਉੱਥੇ ਦੱਸੋ ਵੇਚਣ ਵਾਲੇ ਫੜੀਏ ਕਿ ਖਰੀਦਣ ਵਾਲੇ ਵੀ ਫੜ ਲਈਏ? ਜੇ ਖਰੀਦਣ ਵਾਲੇ ਨੂੰ ਫੜਾਂਗੇ ਫੇਰ ਹੀ ਉਹ ਵੇਚਣ ਵਾਲੇ ਨੂੰ ਉਹ ਦੋਨੇ ਹੀ ਉਹ ਲੈਂਦਾ ਉਹਕੜਾ ਭਲਾ ਮਾਨਸੂ ਮੁੰਡੇ ਦੇ ਮਗਰ ਬਾਕੀ ਮੈਨੂੰ ਕਹਿੰਦਾ ਤੇਰੇ ਮੂੰਹ ਤੇ ਮਾਰੂ ਮੈਂ ਦੋ ਚਪੜੇ, ਆਹ ਮੁੰਡਾ ਕੋਲੇ ਖੜਾ ਹੈ ਮੈਨੂੰ ਕਹਿੰਦਾ ਤੇਰੇ ਮੂੰਹ ਤੇ ਮਾਰੂ, ਮੈਨੂੰ ਕਹਿੰਦਾ ਸਰਪੰਚ ਦੇ ਵੀ ਨਾ ਜਾ ਤੂੰ, ਮੈਨੂੰ ਕਹਿੰਦਾ ਮੈਂ ਤੈਨੂੰ ਰਾਜ ਕਰੂ, ਮੈਂ ਤੁਰੀ ਆਈ ਰੋਂਦੀ ਬਿਲਕਦੀ ਦੁਪਹਿਰਾ ਤੇ ਖੜਵਾੜ ਜੜਦਾ ਮਹੀਨਾ ਹਾਂਜੀ, ਤੁਸੀਂ ਮਾੜਾ ਮੋਟਾ ਕਟਰੋਲ ਕਰੋ ਤੁਸੀਂ ਕਿਉਂ ਵਿਸ਼ਵਾਸ ਆ ਸਾਨੂੰ ਸਹਿਯੋਗ ਦਾ ਦਿਓ, ਕਿਉਂਕਿ ਕੱਲ ਮੈਂ ਸਾਰਾ ਦਿਨ ਇੱਥੇ ਗਲੀ ਦੇ ਵਿੱਚ
ਪਰ ਮੈਨੂੰ ਕਿਹਾ ਇੱਕ ਕੁਝ ਪੰਦਰਾਂ ਸਹਿਯੋਗ ਤਾਂ ਪੂਰਾ ਮਿਲ ਜਾਂਦਾ ਇੱਧਰ ਗਿਆ ਇੱਧਰ ਗਿਆ ਇੱਧਰ ਗਿਆ ਤੇ ਕੁਝ ਪੰਦਰਾਂ ਨੇ ਕਹਿੰਦਾ ਹੁਣ ਤੁਹਾਨੂੰ ਤਾਂ ਪਤਾ ਨਹੀਂ ਦੇਖਿਆ ਨਹੀਂ ਹਾਲਾਂਕਿ ਉਹਦੇ ਬੰਦਾ ਕੋਲ ਡਿੱਟ ਪਿਆ ਸੀਗਾ ਕੁਝ ਪੰਦਰਾਂ ਨੇ ਕਹਿੰਦਾ ਸਹਿਯੋਗ ਤਾਂ ਕਰੋ ਘਰ ਦੱਸ ਦਿਆ ਕਰੋ ਅਗਲੇ ਦਾ ਘੱਟੋ ਘੱਟ ਮੈਂ ਘਰ ਪਹੁੰਚ ਜਾਗਾ ਜੇ ਤੁਹਾਨੂੰ ਵੀ ਘਰ ਦੱਸੀ ਕੋਈ ਫੋਨ ਚੱਕ ਕੇ ਰਹਿ ਨਹੀਂ ਸੀ ਗੱਲ ਕਰੇ ਫਿਰ ਘਰ ਪਹੁੰਚ ਜਾਂਦਾ ਦੱਸੀ ਬੰਦਾ ਕਰਕੇ ਦਾ ਉਹ ਤਾਂ ਜੀ ਘਾਤਾ ਉੱਧਰ ਜੀ ਇੱਧਰ ਜੀ ਉੱਧਰ ਜੀ ਉਹਨੂੰ ਬੰਦਾ ਪਤਾ ਨਹੀਂ ਪੁੱਛ ਸਕੀ ਆ ਸਾਰਾ ਪ੍ਰਗਾਮ ਸਮਾਪਤ ਹੋ ਗਿਆ ਹੁਣ ਤਾਂ ਨੂੰ ਪਛਾਣ ਲਈ ਪੈਸੀ ਦਰਜ ਦੇ ਪਿੰਡ ਦੇ ਮਤਲਬ ਪਿੰਡ ਵਿਚਾਰਾ ਬਹੁਤ ਹੀ ਮਤਲਬ ਜੇ ਇੰਨਾ ਪਿੰਡ ਸਿੱਧਾ ਨਾਰਮਲ ਨਾ ਹੁੰਦਾ ਨਾ ਸ਼ਾਇਦ ਤੁਸੀਂ ਪਿੰਡ ਦਾ ਮਾਹੌਲ ਨਾ ਹੁੰਦਾ ਉਹ ਵੈਸੀ ਵਰਦੀ ਕੁਝ ਲੋਕ ਤਾਂ ਵੈਸੀ ਵਰਦੀ ਦੇਖਿਆ ਕੋਈ ਸਾਲ ਤੋਂ ਨਹੀਂ ਜੋ ਖਲ ਪਾਉਂਦੇ ਪੁੱਛਾ ਜੀ ਜੋ ਵਰਦੀ ਹੈ ਇੱਥੇ ਜੋ ਵਰਦੀ ਹੈ ਦੇਵਾਂਗੇ ਬੱਚੇ ਬਚਾਓ ਸਾਨੂੰ ਬਿਲਕੁਲ ਕਿਉਂ ਕੱਲ ਅਸੀਂ ਚੌਕੀਦਾਰ ਨੇ ਮਿਲਣ ਘਰੇ ਬਾਹਰ ਸੀਗਾ ਜਿਹਨੂੰ ਘਰ ਪਹੁੰਚਦਾ ਕੋਈ ਨਹੀਂ ਆਉਂਦਾ ਅਸੀਂ ਉਹਦੇ ਬਾਹਰ ਜਾ ਖੜਦੇ ਬੈਠੇ ਸੀ ताकतवर नहीं हुंदा नशा बेचने वाला भी थोनू कोई मार दूजा की कर दूगा पर एक कहते कुछ पाने के लिए खोना पड़ता है अगर अज थोड़ा थोड़ा बहुत नुकसान करता पर थोड़ी आने वाली पीढ़ी थोड़ा ना याद रखू साडे पुरखा ने पिंड का जिहड़ा नक्शा बदलिया सीगा ਚੌਕੀਦਾਰ ਮੈਂ ਬੰਦੇ ਜਾ ਕੇ ਬਾਹਰ ਚ ਖੜਾ ਹੋਇਆ ਮੈਨੂੰ ਮੇਰੇ ਵਿਆਹ ਕਰਾ ਗਿਆ ਸੀ ਚਿੱਟੇ ਨਹੀਂ ਚੱਕਦੇ ਤਾਂ ਪਿੰਡ ਵੱਲੋਂ ਭਾਈ ਸੜਕ ਜਾਣ ਕੀ ਦੀ ਜਾਵੇ ਠੀਕ ਹੈ ਸਾਹਿਬ ਸਾਰੇ ਜਿਹੜੇ ਨਾ ਚੱਕੇ ਆਪਾਂ ਸਮਝਾਂਗੇ ਕਿ ਪ੍ਰਸ਼ਾਸਨ ਹੈ ਜਿਹੜਾ ਚਿੱਟੇ ਵਾਲੇ ਨਾਲ ਮਿਲਿਆ ਹੋਇਆ ਇਹ ਪੈਸੇ ਲੈ ਕੇ ਛੱਡ ਦਿਓ ਉਹਨਾਂ ਨੂੰ ਚਿੱਟੇ ਦੀ ਸਮੱਸਿਆ ਜੀ ਸਾਡੇ ਅੱਜ ਤੋਂ ਪਹਿਲਾਂ 8 ਜਾਂ 9 ਨੌਜਵਾਨ ਮੁੰਡੇ 22-23 ਸਾਲਾਂ ਦੇ ਚਿੱਟਾ ਲਾ ਕੇ ਮਰ ਚੁੱਕੇ ਆ ਅਸੀਂ ਥਾਣੇ ਵਾਲੇ ਨੂੰ ਬਹੁਤ ਵਾਰੀ ਕਹਿ ਚੁੱਕੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਕਰਕੇ ਅਸੀਂ ਇਹ ਇਕੱਠ ਰੱਖਿਆ ਕੱਲ੍ਹ ਨੌਜਵਾਨ ਮੁੰਡੇ ਦਾ ਸੰਸਕਾਰ ਕੀਤਾ ਅਸੀਂ ਥਾਣੇ ਵਾਲੇ ਕੋਈ ਕਾਰਵਾਈ ਨਹੀਂ ਕੀਤੀ ਘੱਟੋ ਘੱਟ 10 ਮੁੰਡੇ ਸਾਡੇ ਪਿੰਡ ਚਿੱਟਾ ਭੇਜਦੇ ਆ ਤਾਂ ਪਿੰਡ ਵੱਲੋਂ ਸਹਿਮਤੀ ਅੱਜ ਕੀਤੀ ਹੈ ਪ੍ਰਸ਼ਾਸਨ ਵੀ ਇੱਥੇ ਆਇਆ ਉਹਨਾਂ ਨੇ ਸਹਿਮਤੀ ਲਿੱਤੀ ਹੈ ਕਿ ਛੇਤੀ ਅਸੀਂ ਇਹਨਾਂ ਨੂੰ ਕੋਈ ਕਾਰਵਾਈ ਕਰਾਂਗੇ ਕੀ ਤੁਸੀਂ ਕੀ ਇਕੱਠ ਕੀਤਾ ਕੀ ਫੈਸਲੇ ਲਏ ਆ ਕਿੰਨੀ ਕੁ ਮੁਸ਼ਕਿਲ ਹੈ ਇੱਥੇ ਅਤੇ ਪੁਲਿਸ ਨੂੰ ਜਦੋਂ ਮੁੰਡਾ ਮਰਦਾ ਉਹ ਪੁਲਿਸ ਨੂੰ ਕੰਪਲੇਂਟ ਨਹੀਂ ਕਰਦੇ ਜਦੋਂ ਪੁਲਿਸ ਕਹਿੰਦੀ ਹੈ ਕੰਪਲੇਂਟ ਹੀ ਨਹੀਂ ਕਰਦੇ ਕੋਈ ਨਹੀਂ ਕੰਪਲੇਂਟ ਵਿੱਚ ਬੰਦੇ ਡਰ ਜਾਂਦੇ ਵੀ ਸਾਡਾ ਪਿੰਡ ਵਿੱਚ ਵੈਰ ਪਊਗਾ ਪੁਲਿਸ ਵਾਲਿਆਂ ਨੇ ਪਹਿਲਾਂ ਅਸੀਂ 2018 ਤੋਂ ਚੱਲੇ ਹੋਏ ਸੀਗੇ ਅਸੀਂ ਕਲੱਬ ਨੇ ਬੰਦੇ ਫੜਾਏ ਅਤੇ ਪੁਲਿਸ ਵਾਲੇ ਛੱਡ ਦਿੰਦੇ ਸੀਗੇ ਤਾਂ ਹੁਣ ਇਹ ਪਿੰਡ ਸਾਰਾ ਜਾਗਿਆ ਨੌਜਵਾਨ ਮੁੰਡੇ ਮਰੇ ਆ ਤਾਂ ਪਿੰਡ ਜਾਗਿਆ ਅੱਜ ਇਹਨਾਂ ਨੇ ਸਾਰੇ ਪਿੰਡ ਨੇ ਸਹਿਮਤੀ ਇਹ ਪਾਈ ਹੈ ਕਿ ਕੋਈ ਵੀ ਚਿੱਟਾ ਵੇਚਦਾ ਕਰਦਾ ਪਿੰਡ ਫੜਾਊਗਾ ਤਾਂ ਉਹ 'ਚ ਥਾਣੇ ਵਾਲੇ ਜੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਸੜਕ ਜਾਮ ਕਰਨਗੇ ਇਹ ਪਿੰਡ ਵੱਲੋਂ ਮਤਾ ਪਾਇਆ ਗਿਆ ਤਿੰਨ ਦਿਨਾਂ ਦਾ ਟਾਈਮ ਲਿੱਤਾ ਗਿਆ ਹੋਰ ਕੀ ਸਮੱਸਿਆ ਬੰਦੇ ਚੋਰੀਆਂ ਬਹੁਤ ਹੁੰਦੀਆਂ ਕਿਸੇ ਮੋਟਰ ਲੈ ਕੇ ਲੈ ਗਏ ਕਿਸੇ ਦਾ ਕੁਛ ਘਰੋਂ ਚੱਕ ਕੇ ਮੋਬਾਈਲ ਚੱਕ ਕੇ ਲੈ ਗਏ ਬਹੁਤ ਜ਼ਿਆਦਾ ਸਮੱਸਿਆ ਗੰਭੀਰ ਸਮੱਸਿਆ ਨੇ ਮੈਨੇ ਹਾਂਜੀ ਵੀ ਕੀ ਨਾਮ ਦਾ ਸ਼ਿੰਦਾ ਜੀ ਕਹਿੰਦੇ ਕੀ ਸਮੱਸਿਆ ਅੱਜ ਕੱਟ ਕੀਤਾ ਕਿੰਨੇ ਕੁ ਦੁਖੀ ਆ ਪਿੰਡ ਵਾਲੇ ਸਾਰੇ ਪਿੰਡ ਵਾਲੇ ਬਾਈ ਬਹੁਤ ਜ਼ਿਆਦਾ ਦੁਖੀ ਆ ਬਾਈ ਅੱਜ ਤੋਂ ਪਹਿਲਾਂ 9 ਮੌਤਾਂ ਹੋ ਗਈਆਂ ਸਾਡੇ ਪਿੰਡ ਬਾਈ ਅਸੀਂ 2018 ਤੋਂ ਲੱਗੇ ਸੀ ਚਿੱਟੇ ਨੂੰ ਰੋਕਣ ਵਾਸਤੇ ਚੱਲ ਪਿੰਡ ਦੇ ਬਾਈ ਡਰਦੇ ਹੁੰਦੇ ਲੋਕ ਵੀ ਚਿੱਟੇ ਤੋਂ ਯਾਰ ਵੀ ਸਾਡਾ ਇਕੱਲਾ ਕਿਹੜਾ ਮੁੰਡਾ ਵੇਲੇ ਕੁ ਵੇਲੇ ਆਉਂਦਾ ਕੋਈ ਨੁਕਸਾਨ ਨਾ ਕਰ ਦੇਣ ਪਰ ਅੱਜ ਪਿੰਡ ਵਾਲੇ ਜਮ੍ਹਾਂ ਅੱਕ ਚੁੱਕੇ ਬਾਈ ਅੱਕ ਕੇ ਇਹਨਾਂ ਨੇ ਫੈਸਲਾ ਕੀਤਾ ਬਾਈ ਅਸੀਂ ਇਕੱਲੇ ਇਕੱਲੇ ਬੰਦੇ ਦੇ ਨਾਂ ਦੇਤੇ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਬਾਈ ਅਸੀਂ 3 ਦਿਨਾਂ ਨੂੰ ਸੜਕ ਜਾਮ ਕਰਾਂਗੇ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਪੁਲਿਸ ਕੋਈ ਨਹੀਂ ਕਰਦੀ ਬਹੁਤ ਵਾਰੀ ਬਾਈ 2018 'ਚ ਲੱਗੇ ਹੋਏ ਸੀ ਅਸੀਂ ਕਲੱਬ ਵਾਲੇ ਮੁੰਡੇ 10-15 ਜਣੇ ਲੱਗੇ ਸੀ ਚੱਲ ਬਾਈ ਧਮਕੀਆਂ ਦੇ ਗਏ ਚਿੱਟੇ ਵਾਲੇ ਬੰਦੇ ਡਰਦੇ ਮਾੜੇ ਮੋਟੇ ਪਿੱਛੇ ਹਟ ਗਏ ਚਲੋ ਆਪਦੇ ਪਰਿਵਾਰ ਦੇ ਮਾਂ ਪਿਓ ਨੂੰ ਡਰ ਹੁੰਦਾ ਵੀ ਯਾਰ ਚਿੱਟੇ ਵਾਲਿਆਂ ਦਾ ਕੀ ਆ ਯਾਰ ਨੁਕਸਾਨ ਕਰ ਦੇਣ ਬੰਦੇ ਚੁੱਪ ਕਰਕੇ ਅੱਧੇ ਪਿੱਛੇ ਹਟ ਗਏ ਪਰ ਹੁਣ ਅੱਕ ਕੇ ਜਦੋਂ ਬਈ 9-10 ਮੌਤਾਂ ਹੋਊਗੀਆਂ ਤਾਂ ਅੱਕ ਕੇ ਸਾਰੇ ਲੋਕਾਂ ਨੇ ਫੈਸਲਾ ਲਿੱਤਾ ਵੀ ਬਈ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਜੇ ਨਾ ਕੀਤੀ ਗਈ ਵੀ ਅਸੀਂ ਧਰਨਾ ਲਾਵਾਂਗੇ ਇੱਥੇ ਹੁਣ ਸਾਰਾ ਪਿੰਡ ਇੱਕਜੁੱਟ ਹੋਇਆ ਇੱਕਜੁੱਟ ਹੋਇਆ ਵੀ ਸਾਰਾ ਪਿੰਡ ਇੱਕਜੁੱਟ ਹੋਇਆ ਅੱਕਿਆ ਬੈਠਾ ਪਿੰਡ ਬਈ ਜਮਾਂ
ਬੰਦੇ ਦੇ ਨਾਂ ਦਿੱਤੇ ਬਾਈ, ਵਿਕਾਸ ਦਾ ਨਾਂ ਦਿੱਤੇ ਸਾਰੇ ਬੰਦੇ। ਸਰਕਾਰ ਬਦਲਣ ਤੋਂ ਬਾਅਦ ਕੋਈ ਫਾਇਦਾ ਹੋਇਆ ਸਰਕਾਰ ਨੇ ਬਾਈ? ਹਾਲੇ ਤੱਕ ਕੋਈ ਫਾਇਦਾ ਨਹੀਂ ਹੋਇਆ ਬਾਈ ਯਾਰ, ਨੁਕਸਾਨ ਹੀ ਹੋਇਆ। ਹਾਲੇ ਤੱਕ ਕੋਈ ਫਾਇਦਾ ਨਹੀਂ ਹੋਇਆ ਬਾਈ, ਜੇ ਫਾਇਦਾ ਹੋਊਗਾ ਤਾਂ ਸਾਡੇ ਤਾਂ ਪਿੰਡ 'ਚ ਚਟਾਊਂ ਵੀ ਵਿਕੀ ਜਾਂਦਾ ਬਈ ਯਾਰ, ਪਹਿਲਾਂ ਵੀ ਉਵੇਂ ਵਿਕਦਾ ਸੀ ਹਾਲੇ ਤੱਕ। ਜਦੋਂ ਸਾਨੂੰ ਬਾਈ ਜੇ ਮੰਨ ਲਓ ਬੰਦ ਹੋ ਜੂਗਾ ਹੈ ਨਾ, ਸਾਨੂੰ ਤਾਂ ਹੀ ਪਤਾ ਲੱਗੂ ਬਾਈ ਫਾਇਦਾ ਹੋਇਆ, ਉਵੇਂ ਵਿਕੀ ਜਾਂਦਾ। ਜਦੋਂ ਸਰਕਾਰ ਬਣੀ ਵੀ ਐਂ ਹੋਊਗਾ ਐਂ ਹੋਊਗਾ, ਹਾਲੇ ਤੱਕ ਕੋਈ ਫਾਇਦਾ ਨਹੀਂ ਹੋਊਗਾ। ਅਸੀਂ ਮੂਹਰੇ ਆਗੂ ਉਹਨਾਂ ਨੂੰ ਕਹਿ ਚੁੱਕੇ ਹਾਂ, ਅਸੀਂ ਅੱਕ ਕੇ। ਕਿਹਨੂੰ ਮਿਲਿਆ ਤੁਸੀਂ ਹੋਰ, ਕਿਹਨੂੰ ਮਿਲਿਆ? ਬਲਜਿੰਦਰ ਕੌਰ ਨੂੰ ਮਿਲਿਆ ਬਈ, ਸਾਡੇ ਨਾਲ ਦੇ ਮੁੰਡੇ, ਮੰਨ ਲਓ ਬਹੁਤ ਵਾਰ ਮੁੰਡੇ ਸਾਡੇ ਪਿੰਡ ਦੇ, ਮੰਨ ਲਓ ਮਿਲਿਆ ਬਈ। ਉਹਨੇ ਬਸ ਵੀ ਕਿਹਾ ਭਾਈ ਮੈਂ ਮਦਦ ਕਰੂੰਗੀ, ਪਰ ਹਾਲੇ ਤੱਕ ਬਈ ਕੋਈ ਹੱਲ ਨਹੀਂ ਹੋਇਆ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਮਨਦੀਪ ਕੌਰ ਜੀ। ਮਨਦੀਪ ਕੌਰ ਜੀ, ਕੀ ਸਮੱਸਿਆ ਤੁਹਾਡੀ ਪਿੰਡ ਦੀ? ਅੱਜ ਬੁੜੀਆਂ ਵੀ ਬਹੁਤ ਇਕੱਠੀਆਂ ਹੋਈਆਂ ਨੇ, ਕਿੰਨੀ ਕੁ ਮੁਸ਼ਕਲ ਆ ਤੁਹਾਨੂੰ ਜਿਹੜੀ ਹੈਗੀ ਆ ਸਾਰੀ? ਨਹੀਂ, ਮੁਸ਼ਕਲ ਤਾਂ ਦੇਖੋ ਜੀ ਸਾਰਿਆਂ ਲਈ ਬਹੁਤ ਜ਼ਿਆਦਾ ਬਣ ਚੁੱਕੀ ਹੈ। ਮਤਲਬ ਇੱਥੋਂ ਦੀ ਕਿ ਵੀ ਛੋਟੇ ਛੋਟੇ ਬੱਚੇ ਜਿਹੜੇ 12 ਸਾਲ ਦੇ ਬੱਚੇ ਆ, ਉਹ ਵੀ ਇੱਥੇ ਚਿੱਟਾ ਲਾ ਰਹੇ ਆ। ਹਰ ਇੱਕ ਨਸ਼ਾ ਇਸ ਪਿੰਡ ਦੇ ਵਿੱਚ ਅਵੇਲੇਬਲ ਹੈ, ਠੀਕ ਹੈ ਜੀ। ਹਰ ਇੱਕ ਬੱਚ ਇੱਕ ਮਾਂ ਦੇ ਜਿਹਦੇ ਇੱਕ ਪੋਤਾ ਉਹ ਵੀ ਮੁੱਕ ਜਾਂਦਾ ਹੈਗਾ। ਬਸ ਸਭ ਤੋਂ ਮੇਨ ਪ੍ਰੋਬਲਮ ਜਿਹੜੀ ਮੇਜਰ ਤੁਹਾਡੇ ਨਾਲ ਸਭ ਗੱਲਾਂ ਤੋਂ ਪਹਿਲਾਂ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ, ਸਾਡੇ ਪਿੰਡ ਦੇ ਵਿੱਚ ਖੁੱਲ੍ਹਾ ਵਿਕਦਾ ਚਿੱਟਾ, ਚਿੱਟਾ ਖੁੱਲ੍ਹਾ ਵਿਕਦਾ ਕਿੱਥੇ ਹੈ? ਜਿੱਥੇ ਵਿਹਲੀਆਂ ਥਾਵਾਂ ਪਈਆਂ। ਪਿੰਡ ਲਈ ਪਾਣੀ ਤਾਂ ਇਸ ਪਿੰਡ ਵਿੱਚ ਅਵੇਲੇਬਲ ਨਹੀਂ ਹੈਗਾ, ਸਾਫ਼ ਪਾਣੀ ਪੀ, ਪਰ ਉੱਥੇ ਮੁੰਡਿਆਂ ਦੀਆਂ ਲਾਸ਼ਾਂ ਜ਼ਰੂਰ ਆ ਰਹੀਆਂ। ਉੱਥੇ ਬੈਠ ਕੇ ਚਿੱਟਾ ਲਾਉਂਦੇ ਆ, ਮੁੰਡੇ ਮੁੱਕ ਰਿਹਾ। ਇਸ ਦੇ ਵਿੱਚ 9-10 ਨੌਜਵਾਨ ਮੁੰਡਿਆਂ ਦੀ ਜਿਹੜੀ ਡੈਥ ਹੋ ਚੁੱਕੀ ਹੈ, ਮੌਤ ਹੋ ਚੁੱਕੀ ਹੈ। ਔਰ ਮਾਵਾਂ ਸਿਰਫ ਮਜਬੂਰ ਨੇ ਜਨਮ ਦੇਣ ਦੀਆਂ, ਪਾਲਣ ਪੋਸ਼ਣ ਕਰਦੀਆਂ, ਵੱਡੇ ਹੋ ਜਾਂਦੇ, ਚਿੱਟਾ ਲਾ ਕੇ ਮੁੱਕ ਜਾਂਦੇ ਆ। ਜਿਹੜੀਆਂ ਵਿਚਾਰੀਆਂ ਅੱਜ ਅੱਧ ਮਰੀਆਂ ਹੋਈਆਂ ਬੈਠੀਆਂ ਗੇ ਸਰ, 3 ਮਹੀਨੇ ਹੋ ਗਏ ਜਿਹੜੀ ਆਪਦੀ ਸਰਕਾਰੀ ਨੂੰ, ਆਪਦੀ ਸਰਕਾਰ ਨੇ ਟਾਰਗੇਟ ਲਾਇਆ ਸੀ ਵੀ 25 ਘੰਟਿਆਂ ਦੇ ਵਿੱਚ ਅਸੀਂ ਜਿਹੜਾ ਚਿੱਟਾ ਖਤਮ ਕਰਾਂਗੇ। ਅੱਜ 3 ਮਹੀਨੇ ਹੋ ਗਏ, ਚਿੱਟਾ ਖਤਮ ਹੋਣ ਦੀ ਬਜਾਏ ਦਿਨ ਬਾ ਦਿਨ ਵੱਧਦਾ ਜਾ ਰਿਹਾ, ਠੀਕ ਹੈ ਸਰ, ਦਿਨ ਬਾ ਦਿਨ। ਪਰ ਇਸ ਪਿੰਡ ਦੀ ਸਭ ਤੋਂ ਵੱਡੀ ਜਿਹੜੀ ਬਦਕਿਸਮਤੀ ਹੈ ਵੀ ਜਿਹੜੀ ਇਸ ਮਤਲਬ ਹਲਕੇ ਦੀ MLA ਬਲਜਿੰਦਰ ਕੌਰ ਜੀ ਦਾ ਤੁਸੀਂ ਪਹਿਲਾਂ ਜ਼ਿਕਰ ਕਰਦੇ ਸੀ, ਮੈਂ ਇਸ ਪਿੰਡ ਦੇ ਵਿੱਚ ਦੇਖੀ ਨਹੀਂ ਉਹ, ਪਹਿਲਾਂ ਵੀ 5 ਸਾਲ ਜਿੱਤ ਕੇ ਗਈ, ਉਦੋਂ ਵੀ ਨਹੀਂ ਦੇਖੀ, ਹੁਣ ਵੀ ਮੈਂ ਇੱਥੇ ਦੇਖੀ ਨਹੀਂ ਵੀ ਆ ਕੇ ਕਿਸੇ ਦਾ ਦੁੱਖ ਦਰਦ ਵੰਡਾ ਰਹੀ ਹੈ, ਕਿਸੇ ਨੂੰ ਉਹ ਮਿਲ ਰਹੀ ਹੈ। ਸਮੱਸਿਆ ਇੰਨੀ ਕੁ ਜ਼ਿਆਦਾ ਆ ਵੀ ਹਰ ਪਰਿਵਾਰ ਅੱਜ ਇੱਥੇ ਚੀਕ ਚੀਕ ਕੇ ਪ੍ਰਸ਼ਾਸਨ ਨੂੰ ਬੁਲਾਇਆ ਗਿਆ। ਉਮੀਦ ਰੱਖੀ ਹੈ, 3 ਦਿਨਾਂ ਦਾ ਉਹਨਾਂ ਨੇ ਸਾਡੇ ਤੋਂ ਸਮਾਂ ਲਿੱਤਾ ਵਾ ਵੀ ਅਸੀਂ 3 ਦਿਨਾਂ ਦੇ ਵਿੱਚ ਜਿਹੜਾ ਜਿੰਨੇ ਵੀ ਬੰਦਿਆਂ ਦੇ 22 ਨੇਮ ਅਸੀਂ ਨਾਂ ਦਿੱਤੇ ਆ, ਉਹਨਾਂ ਨੂੰ ਅਰੈਸਟ ਕਰਾਂਗੇ। ਅਗਰ ਐਸਾ ਕੁਛ ਨਹੀਂ ਕਰਦੇ ਤਾਂ ਅਸੀਂ ਮਤਲਬ ਪ੍ਰਸ਼ਾਸਨ ਦੇ ਖਿਲਾਫ਼ ਜਾ ਕੇ ਹਰ ਇੱਕ ਰੋਡ ਜਾਮ ਜਾਂ ਥਾਣਾ ਅੱਗੇ ਧਰਨਾ ਲਾਉਣ ਦੀ ਮਤਲਬ ਇਹਨਾਂ 'ਤੇ ਉਹ ਰੱਖ ਦੇਵਾਂਗੇ, ਠੀਕ ਹੈ। 3 ਦਿਨਾਂ ਦੇ ਵਿੱਚ ਜੋ ਇਹ ਨਹੀਂ, ਮਾਵਾਂ ਤਾਂ ਦੇਖੋ ਇਹ ਸਾਰੀਆਂ ਹੀ ਤੰਗ ਹੈ। ਇਹਨਾਂ ਦੇ ਬੱਚੇ ਜਦੋਂ ਆਪਾਂ ਬੱਚੇ ਨੂੰ ਜਨਮ ਦਿੰਦੇ ਹਾਂ, ਉਹਦੇ ਸ਼ਬਦ ਪਹਿਲਾਂ ਮਾਂ ਹੁੰਦਾ ਹੈ, ਬੜੀ ਖੁਸ਼ੀ ਹੁੰਦੀ ਹੈ ਮਾਂ ਨੂੰ ਵੀ ਮੈਨੂੰ ਮੇਰਾ ਬੱਚਾ ਮਾਂ ਕਹਿਣ ਲੱਗਿਆ। ਜਦ ਥੋੜ੍ਹਾ ਜਿਹਾ ਵੱਡਾ ਹੁੰਦਾ ਨਾ, ਚਿੱਟੇ ਦੀ ਲੱਤ ਲੱਗਦੀ ਹੈ ਅਤੇ ਉਹ ਮਾਂ ਭੁੱਲ ਜਾਂਦਾ ਮੇਰੀ ਜਨਮ ਦੇਣ ਵਾਲੀ ਮਾਂ ਹੈ, ਅਤੇ ਉਦੋਂ ਬਾਅਦ ਉਹ ਇਹੋ ਜਿਹੇ ਸ਼ਬਦ ਬੋਲਦਾ ਜਿਹੜੇ ਉਹਨੂੰ ਮਤਲਬ ਆਪਣੀ ਕਦੇ ਉਮੀਦ ਨਹੀਂ ਹੁੰਦੀ। ਉਹਨੂੰ ਕੁੱਤੀ ਇੱਥੋਂ ਤੀਕ ਸ਼ਬਦ ਮਤਲਬ ਜਿਹੜੀ ਮੈਂ ਓਪਨਿੰਗ ਤੁਹਾਡੇ ਕੈਮਰੇ ਦੇ ਵਿੱਚ ਨਹੀਂ ਦੱਸਦੀ, ਇਹੋ ਜਿਹੇ ਸ਼ਬਦ ਹੁੰਦੇ ਆ, ਮਾਮਾ ਅੱਜ ਆਪਣੇ ਦਿਲ ਦਾ ਜਿਹੜਾ ਅੱਗ ਇੱਥੇ ਲੈ ਕੇ ਆਈ ਹੈ। ਬਹੁਤ ਗੰਦੇ ਸ਼ਬਦ ਬੱਚੇ ਬੋਲਦੇ, ਚਿੱਟੇ ਦੇ ਵਿੱਚ ਐਂ ਲਾ ਲਓ ਵੀ ਧਸ ਚੁੱਕੇ ਆ, ਬਿਲਕੁਲ ਬਰਬਾਦ ਹੋ ਚੁੱਕੇ। ਉਹਨਾਂ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਸਾਡੀ, ਉਹ ਮੈਂ ਕਹਿ ਰਹੀ ਹਾਂ ਵੀ ਬਿਲਕੁਲ ਖਤਮ ਹੋ ਚੁੱਕੀ ਹੈ। ਹਾਂਜੀ, ਕੀ ਨਾਮ ਹੈ? ਕਿਰਨਾ ਬਈ। ਸਾਡੇ ਜਵਾਕ ਮਰਨ ਵਾਲੇ ਪਏ, ਖੁਦ ਮੇਰਾ ਮੁੰਡਾ ਮਰਨ ਵਾਲਾ ਪਿਆ, ਕੋਈ ਬੁੜੀ ਮਗਰ ਅੱਜ ਤਾਂ ਚਾਗਾ ਚੱਕ ਲਿਆ। ਇਦੂ ਪਹਿਲਾਂ 9 ਮੁੰਡੇ ਮਰ ਗਏ, ਕਿਸੇ ਨੇ ਚਾਗਾ ਨਹੀਂ ਚੱਕਿਆ। ਮੈਂ MLA ਕੋਲ ਵੀ ਮਰ ਗਈ ਕਲਾ ਕਲਾ ਵੀ ਸਾਨੂੰ ਕੁਛ ਨਹੀਂ ਚਾਹੀਦਾ, ਨਾ ਸਾਨੂੰ ਕੋਈ ਸਰਕਾਰੀ ਕੁਛ ਵੀ ਨਹੀਂ ਚਾਹੀਦਾ, ਨਾ ਗਲੀ ਦੀ ਇੱਟ, ਨਾ ਕੋਈ ਵੀ, ਸਾਨੂੰ ਚਿੱਟੇ ਦਾ ਹੀ ਹੱਲ ਚਾਹੀਦਾ, ਚਿੱਟਾ ਬੰਦ ਕਰ ਦਿਓ। ਮੇਰੀ ਤਾਂ ਅੱਜ ਤਾਂ ਹੀ ਸੁਣੀ ਨਹੀਂ, ਅੱਜ ਸਾਡੇ ਘਰਾਂ 'ਚ ਮੁੰਡਾ ਮੁੱਕਿਆ, ਕੱਲ੍ਹ ਦਾ ਇਹਨਾਂ ਨੇ ਮਾੜਾ ਜਿਹਾ ਸਾਗ ਵਾਟ ਹੋਊਗਾ। ਮੈਂ ਐਂ ਵੀ ਨਹੀਂ ਕਹਿੰਦੀ ਵੀ ਇਦੂ ਪਹਿਲਾਂ ਹੋਊਗਾ, ਇਹ ਕੱਲ੍ਹ ਦੀਆਂ ਹੀ ਹੋਊਗਾ, ਇਦੂ ਪਹਿਲਾਂ ਨਹੀਂ ਹੋਊਗਾ। ਪੁੱਤ ਤਾਂ ਇਹਨਾਂ ਨੇ ਜਰ ਲਏ ਅਤੇ ਆਹ ਕੱਲ੍ਹ ਦੀਆਂ ਹੀ ਲੱਗੀਆਂ ਵੀ ਮਾੜਾ ਜਿਹਾ ਆਪਾਂ ਹੁਣ ਉੱਤਾ ਚੱਕ ਗਏ, ਕਿਉਂਕਿ ਵੀ ਹੁਣ 2-3 ਦੀ ਤਿਆਰੀ ਹੋਰ ਹੈ। ਕਿੰਨੇ ਮਰ ਗਏ ਹੁਣ ਤੱਕ? ਹੁਣ ਕਿੰਨੇ? ਮੇਰੇ ਨਿਗਾਹ 8 ਮਰ ਗਏ ਮੇਰੇ। ਮੈਨੂੰ ਐਂ ਲੱਗਦਾ ਵੀ 2 ਦੀ ਤਿਆਰੀ ਤਾਂ ਹੋਰ ਹੈ, ਮੇਰੇ ਖੁਦ ਦੀ ਤਿਆਰੀ ਆ, ਮੈਂ ਕਿਸੇ ਦੀ ਕੀ ਵਾਂ। ਮੈਨੂੰ ਮੇਰਾ ਮਨ ਆਪਦਾ ਡੋਲਦਾ ਵੀ ਮੈਨੂੰ ਐਂ ਨਹੀਂ ਪਤਾ ਵੀ ਮੇਰੇ ਮੁੰਡੇ ਦਾ ਕਦੋਂ ਸੁਨੇਹਾ ਆ ਜੇ। ਮੈਂ ਡਰਦੀ ਰਹਿੰਦੀ ਹਾਂ ਵੀ ਮੇਰੇ ਇੱਕ ਮੁੰਡਾ ਹੈ, ਮੇਰਾ ਦਿਲ ਐਡਾ ਪਤਲਾ ਹੋਇਆ ਪਿਆ ਵੀ ਮੈਨੂੰ ਐਂ ਨਹੀਂ ਪਤਾ ਵੀ ਕੋਈ ਆ ਕੇ ਐਂ ਕਦੋਂ ਕਹਿੰਦੇ ਵੀ ਤੇਰੇ ਮੁੰਡਾ ਚਿੱਟੇ ਨਾਲ ਮਰ ਗਿਆ। ਮੈਂ ਹੋਰ ਤਾਂ ਕਿਸੇ 'ਤੇ ਕੀ ਉਮੀਦ ਕਰਾਂ? ਸਾਡਾ ਤਾਂ ਵੀ ਚਿੱਟਾ ਹੀ ਹਟ ਜੇ ਬਸ। ਲੱਗਦਾ ਨਹੀਂ, ਮੈਨੂੰ ਤਾਂ ਕੁਛ ਨਹੀਂ ਲੱਗਦਾ ਵੀ ਸਾਡਾ ਘੱਟ ਗਿਆ ਵੱਧ ਗਿਆ ਵੱਧ ਗਿਆ। ਮੈਂ MLA ਤੋਂ ਵੀ ਇਹੀ ਆਖਿਆ ਸੀ ਵੀ ਸਾਡੇ ਘਰ ਦੀਆਂ 5 ਵੋਟਾਂ, ਮੈਥੋਂ 5 ਲੈ ਲਿਓ ਵੀ, ਪਰ ਮੈਂ ਕਿਸੇ ਦੀ ਵੋਟ ਦੀ ਗਰੰਟੀ ਨਹੀਂ ਕਰਦੀ ਵੀ MLA ਸਾਡਾ ਚਿੱਟਾ ਹੀ ਬੰਦ ਕਰਾ ਦੇ।
चिट्टा ही बंद करा दे, कोई असी आए नहीं आते, साड़ी पिलछण बधा दे साडे, जां सानू सरकारी कमरा पा दे, कमरे भी सानू फिर ही चंगे लगनगे जे साडे मूहरे तिंगा पुत होणगे, कमरे भी झुंबी पा के बह के गुजारा कर लांगे जे पुत होणगे, आपे कमाई करनगे तां होर पा लैणगे, असी तां मंगदे नहीं, असी चिट्टा ही मंगदे हां वी बंद कर देना।